ਸਤਿ ਸ਼੍ਰੀ ਅਕਾਲ ਐਵਰੀਬਡੀ, ਕੀ ਹਾਲ ਚਾਲ, ਹੋਪ ਤੁਸੀਂ ਸਾਰੇ ਜਣੇ ਠੀਕ ਹੋ ਗਏ। ਅਤੇ ਅੱਜ ਅਸੀਂ ਆਏ ਹਾਂ ਤਾਂ ਪੀਜ਼ਾ ਲਾਇਬ੍ਰੇਰੀ, ਇੱਥੇ ਤੁਹਾਨੂੰ ਪੀਜ਼ਾ, ਬਰਗਰ, ਸੈਂਡਵਿਚ ਅਤੇ ਸ਼ੇਕਸ ਕਾਫੀ ਮਿਲ ਜਾਣਗੇ। ਆਓ ਤੁਹਾਨੂੰ ਚੱਲਦੇ ਹਾਂ, ਓਨਰ ਦੇ ਨਾਲ ਗੱਲ ਕਰਵਾਉਂਦੇ ਹਾਂ ਨਾਲੇ। ਕੀ ਨਾਮ ਆਪਣਾ ਭਾਜੀ? ਮੇਰਾ ਨਾਮ ਸਾਜਨ। ਠੀਕ ਹੈ ਜੀ, ਆਪਣੀ ਸ਼ੋਪ ਦਾ ਨਾਮ ਕੀ ਭਾਜੀ? ਦਾ ਪੀਜ਼ਾ ਲਾਇਬ੍ਰੇਰੀ। ਪੀਜ਼ਾ ਲਾਇਬ੍ਰੇਰੀ, ਠੀਕ ਹੈ ਭਾਜੀ। ਕੀ ਕੀ ਮਿਲਦਾ ਆਪਣੇ ਕੋਲ? ਪੀਜ਼ਾ ਹੁੰਦਾ ਜੀ, ਬਰਗਰ ਹੁੰਦਾ ਜੀ, ਸੈਂਡਵਿਚ ਹੁੰਦਾ ਜੀ, ਰੈਪ ਹੁੰਦਾ, ਸ਼ੇਕ ਹੁੰਦਾ, ਪਾਸਤਾ ਹੁੰਦਾ। ਠੀਕ ਹੈ ਜੀ, ਕਿੰਨੇ ਤੋਂ ਵਰਾਇਟੀ ਸਟਾਰਟ ਹੋ ਜਾਂਦੀ ਭਾਜੀ ਆਪਣੇ ਕੋਲ? ਬਰਗਰ ਵਿੱਚ ਭਾਜੀ 10 ਸਟਾਰਟ ਹੁੰਦਾ ਜੀ। ਠੀਕ ਹੈ, ਟਾਈਮਿੰਗ ਕੀ ਭਾਜੀ ਆਪਣੀ ਸ਼ੋਪ ਦੀ? ਟਾਈਮਿੰਗ ਭਾਜੀ 11:30-10:00 ਜੀ। 11:30-10:30, ਠੀਕ ਹੈ। ਆਪਣਾ ਮੋਬਾਈਲ ਨੰਬਰ ਅਤੇ ਇੱਕ ਵਾਰੀ ਲੋਕੇਸ਼ਨ ਦੱਸ ਦਿਓ ਭਾਜੀ। ਭਾਜੀ ਮੋਬਾਈਲ ਨੰਬਰ ਲਿਖ ਦਿਓ 8437819795। ਠੀਕ ਹੈ ਜੀ, ਐਡਰੈਸ ਹੈਗਾ ਜੀ ਗ੍ਰੀਨਫੀਲਡ 27 ਫੁੱਟ ਰੋਡ 'ਤੇ। ਗ੍ਰੀਨਫੀਲਡ 27 ਫੁੱਟ ਰੋਡ 'ਤੇ, ਠੀਕ ਹੈ ਜੀ। ਅਤੇ ਮੋਬਾਈਲ ਨੰਬਰ ਇੱਕ ਵਾਰੀ ਤੁਹਾਨੂੰ ਦਿਖਾ ਦਿੰਦੇ ਹਾਂ, ਡਿਸਕ੍ਰਿਪਸ਼ਨ 'ਚ ਵੀ ਦਿਖਾ ਦਾਂਗੇ। ਅਤੇ ਇੱਕ ਵਾਰੀ ਆਣ ਕੇ ਤੁਸੀਂ ਵਿਜ਼ਿਟ ਕਰਕੇ ਫੂਡ ਟਰਾਈ ਕਰੋ। ਫੂਡ ਦੀ ਕੁਆਲਿਟੀ ਦੀ ਜ਼ਿੰਮੇਵਾਰੀ ਮੇਰੀ ਹੋਏਗੀ, ਅਤੇ ਰੇਟ ਵੀ ਤੁਹਾਨੂੰ ਬੈਸਟ ਮਿਲੇਗਾ। ਅਤੇ ਰੇਟ ਤੁਸੀਂ ਦੇਖ ਸਕਦੇ ਹੋ, ਵੈਸੇ ਤਾਂ ਮੈਨਿਊ 'ਤੇ ਹੈਗਾ ਆ। ਇੱਕ ਵਾਰੀ ਤੁਸੀਂ ਖੁਦ ਵੀ ਆਣ ਕੇ ਟਰਾਈ ਕਰ ਲਿਓ, ਸਿਟਿੰਗ ਏਰੀਆ ਵੀ ਤੁਹਾਨੂੰ ਮਿਲ ਜਾਏਗਾ ਇੱਥੇ, ਠੀਕ ਹੈ ਜੀ। ਤੁਸੀਂ ਟਰਾਈ ਕਰ ਸਕਦੇ ਹੋ। ਤੁਹਾਨੂੰ ਦੱਸ ਦਿਆਂ ਕੀ ਕੀ ਮਿਲਦਾ, ਇੱਕ ਵਾਰੀ ਮੈਨਿਊ ਤੁਹਾਨੂੰ ਦਿਖਾ ਦਿੰਦਾ ਹਾਂ, ਅਤੇ ਆਓ ਚੱਲਦੇ ਹਾਂ। ਇਹਦੇ ਵਿੱਚ ਤੁਹਾਨੂੰ ਪੀਜ਼ਾ ਮਿਲ ਜਾਣਗੇ, ਕਾਫੀ ਵਰਾਇਟੀ ਦੇ ਪੀਜ਼ਾ ਆ। ਉਸ ਤੋਂ ਇਲਾਵਾ ਤੁਹਾਨੂੰ ਬਰਗਰ ਮਿਲ ਜਾਣਗੇ, ਰੇਂਜ 40 ਤੋਂ ਸਟਾਰਟ ਹੋ ਰਹੀ ਹੈ, 40 ਤੋਂ ਲੈ ਕੇ 80-90 ਤੱਕ ਜਾ ਰਹੀ ਹੈ। ਰੈਪਸ ਮਿਲ ਜਾਣਗੇ ਤੁਹਾਨੂੰ, ਫਿਰ ਵੀ ਇੱਕ ਵਾਰੀ ਤੁਹਾਨੂੰ ਫੋਟੋਆਂ ਵੀ ਪਾਵਾਂਗੇ, ਦੇਖ ਸਕਦੇ ਹੋ। ਤੁਸੀਂ ਸੈਂਡਵਿਚ ਤੁਹਾਨੂੰ ਮਿਲ ਜਾਣਗੇ 70 ਤੋਂ ਸਟਾਰਟ ਹੋ ਰਹੇ ਆ। ਸ਼ੇਕਸ ਆ, ਤੁਹਾਨੂੰ ਸ਼ੇਕਸ ਕਾਫੀ ਮਿਲ ਜਾਣਗੇ, ਸਟ੍ਰੋਬੇਰੀ, ਵਨੀਲਾ, ਚੋਕਲੇਟ, ਮੈਂਗੋ, ਪਾਸਤਾ ਮਿਲ ਜਾਏਗਾ, ਕੋਲਡ ਕੌਫੀ ਹੈ, ਮੋਮਸ ਹੈ। ਅਤੇ ਕਾਫੀ ਵਧੀਆ ਕੋਨਸੈਪਟ ਬਣਾਇਆ ਹੋਇਆ ਇਹਨਾਂ ਨੇ, ਦੇਖ ਸਕਦੇ ਹੋ ਤੁਸੀਂ। ਮਜੀਠਾ ਰੋਡ ਤੋਂ 27 ਫੁੱਟੀ ਰੋਡ 'ਤੇ ਜਦੋਂ ਗ੍ਰੀਨਫੀਲਡ 'ਤੇ ਐਂਟਰ ਹੋਵੋਗੇ, ਤਾਂ ਸਾਹਮਣੇ ਤੁਹਾਨੂੰ ਵਿਖੇਗਾ ਸਮਾਈਲ ਲੌਂਚ। ਸਮਾਈਲ ਲੌਂਚ ਦੇ ਬਿਲਕੁਲ ਸਾਹਮਣੇ ਗਲੀ 'ਚ ਤੁਸੀਂ ਆਓਗੇ ਤਾਂ ਤੁਹਾਨੂੰ ਮਿਲ ਜਾਏਗਾ ਦਾ ਪੀਜ਼ਾ ਲਾਇਬ੍ਰੇਰੀ। ਇੱਕ ਵਾਰੀ ਆਓ ਤੁਸੀਂ, ਕਰੋ। ਫੂਡ ਕਾਫੀ ਬੈਸਟ ਹੈ ਅਤੇ ਚੀਪੈਸਟ ਪ੍ਰਾਈਜ਼ ਹੈ, ਇੱਕ ਵਾਰੀ ਆਣ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ।
ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਥੈਂਕ ਯੂ ਸੋ ਮੱਚ ਵੀਡੀਓ ਨੂੰ ਦੇਖਣ ਲਈ।